E a verdade é que não. ਲਓ ਜੀ ਅਸੀਂ ਆ ਗਏ ਜਿਮ ਤੇ ਹੁਣ ਮੈਂ ਤੁਹਾਨੂੰ ਇੰਟਰੋਡਿਊਸ ਕਰਨ ਜਾ ਰਿਹਾ ਆਪਣੇ ਨਵੇਂ ਜਿਮ ਟ੍ਰੇਨਰ ਦੇ ਨਾਲ ਤੇ ਤੁਸੀਂ ਸਾਰੇ ਜਣੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਵਰਕਆਊਟਸ ਦੇ ਲਈ ਡਾਇਟ ਪਲਾਨਸ ਦੇ ਲਈ ਸਭ ਕੁਝ ਲਈ ਸੋ ਗਾਇਸ ਮੇਰੇ ਨਵੇਂ ਵਰਕ ਭਾਜੀ ਤੁਸੀਂ ਕਰੇ ਬਾਡੀ ਫਲੈਕਸ ਯੈਸ ਆਹ ਤੁਸੀਂ ਧਿਆਨ ਨਾਲ ਦੇਖੋ ਇੱਥੇ ਮਸਲ ਹੈ ਤੇ ਜਿਹੜਾ ਇਹਨਾਂ ਦਾ ਫੇਸ ਕੱਟ ਹੈ ਇਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਇਹਦੇ ਨਾਲ ਨਾਲ ਜੇ ਤੁਹਾਨੂੰ ਸਟਾਈਲਿੰਗ ਤੇ ਫੈਸ਼ਨ ਦੇ ਟਿਪਸ ਚਾਹੀਦੇ ਨੇ ਨਾ ਲਾਓ ਹੈ ਨਾ ਰੱਜ ਕੇ ਚੀਜ਼ ਖਾਓ ਰੱਜ ਕੇ ਮੱਖਣ ਖਾਓ ਤੇ ਫੈਸ਼ਨ ਫੈਸ਼ਨ ਟਿਪਸ ਲੈਣਾ ਚਾਹੁੰਦੇ ਹੋ ਇਹ ਮੇਰੇ ਨਵੇਂ ਇਨ ਹਾਊਸ ਸਟਾਈਲਿੰਗ ਡਿਜ਼ਾਈਨਰ ਕੀ ਹੁੰਦਾ ਉਹ ਇਨ ਹਾਊਸ ਸਟਾਈਲਿਸਟ ਇਨ ਹਾਊਸ ਸਟਾਈਲਿਸਟ ਤੇ ਸਭ ਤੋਂ ਜ਼ਰੂਰੀ ਚੀਜ਼ ਮੇਰੇ ਜਿਹੜੇ ਸਿੰਗਿੰਗ ਦੇ ਟੀਚਰ ਨੇ ਮੇਰੇ ਗੁਰੂ ਨੇ ਜਿਹੜੇ ਜਿਹੜੇ ਮੇਰੇ ਤੋਂ ਵੀ ਵਧੀਆ ਗਾ ਲੈਂਦੇ ਨੇ ਲਾਈਫ ਵਿੱਚ ਇਹਨਾਂ ਦਾ ਕੋਈ ਮੁਕਾਬਲਾ ਨੀ ਇਹਨੇ ਟਪਾਈ ਜੀ ਸੁਣਾਏ ਭਾਈ ਉਹ ਜਿਹੜਾ ਆਪਣਾ ਆਇਆ ਉਹ ਸੁਣਾ ਦੇ ਲਾਈਵ ਸੁਣਾ ਦੇ ਉਹ ਰੌਣਕੀ ਵੀ ਬੜੇ ਆ ਯਾਰਾ ਨਾ ਵੀ ਖੜੇ ਆ ਅੜਦੇ ਨਾ ਕੰਮ ਵੀਰੇ ਜਿੱਥੇ ਜਿੱਥੇ ਅੜੇ ਆ ਉਹ ਰੌਣਕੀ ਵੀ ਬੜੇ ਆ ਯਾਰਾ ਨਾ ਵੀ ਖੜੇ ਆ ਅੜਦੇ ਨਾ ਕੰਮ ਵੀਰੇ ਕੀ ਹੋ ਗਿਆ ਗਾਲਾਂ ਸਾਡੀ ਧਾਕਿਆ ਪੁਰਾਣੀ ਨਹੀਂ ਹੋ ਅੱਜ ਕੱਲ ਦੀ ਧਾਕਿਆ ਪੁਰਾਣੀ ਨਹੀਂ ਹੋ ਅੱਜ ਕੱਲ ਦੀ ਗੱਲ ਇੱਕੋ ਇੱਕ ਮਾੜੀ ਵੀਰੇ ਬੰਦੇ ਆ ਜੇ ਗਾੜੀ ਉਹ ਸਾਡੀ ਕਾਫੀ ਕੱਪ ਚ ਪ੍ਰੀ ਵਰਕਆਊਟ ਚੱਲਦੀ ਪੁੱਲਰ ਵਧਾਈਆਂ ਤੈਨੂੰ ਬਾਈ ਥੈਂਕ ਯੂ ਟੀਮ ਦਾ ਗਾਣਾ ਜਿੱਤ ਪੁੱਲਰ ਲੌਸਟ ਗਿਆ ਪੁੱਲਰ ਸਾਲਾ ਕਹਿੰਦਾ ਮੇਰੇ ਸਪੋਰਟ ਸ਼ੂਜ਼ ਨਹੀਂ ਹੈਗੇ ਨਹੀਂ ਮੈਂ ਜਿਮ ਲਾ ਲੈਂਦਾ ਪੁੱਲਰ ਸਾਹਿਬ ਵਧਾਈ ਆ ਤੈਨੂੰ ਕਾਫੀ ਦਾ ਕੱਪ ਆ ਚੁੱਕਾ ਜੀ ਕਾਫੀ ਦਾ ਮੱਗ ਹੁਣ ਅਸੀਂ ਪਾਵਾਂਗੇ ਭਾਈ ਤੇ ਵਿਰਕ ਦਾ ਗਾਣਾ ਜੋ ਕਿ ਸਾਡੇ ਭਰਾ ਲਾਡੀ ਨੇ ਲਿਖਿਆ ਤੇ ਬਹੁਤ ਬੈਸਟ ਆਫ ਲੱਕ ਬਰੋ ਐਮ ਵੀ ਦਾ ਮਿਊਜ਼ਿਕ ਹੈ ਜੀ ਤੇ ਪੁੱਲਰ ਸਾਹਿਬ ਨੇ ਵੀਡੀਓ ਕੀਤੀ ਇੰਗਲੈਂਡ ਦੇ ਵਿੱਚ ਤੇ ਬਹੁਤ ਪੈਸੇ ਕਮਾਏ ਪੁੱਲਰ ਨੇ ਵੀਡੀਓ ਚ ਪਹਿਲੀ ਲੌਸਟ ਚੱਲ ਰਿਹਾ ਇੱਕ ਵੀਡੀਓ ਜੀ ਲੌਸਟ ਚੱਲ ਰਿਹਾ ਬੰਦਾ ਇੰਨੀ ਆਸ਼ੀ ਡਾਟਾ ਉੱਡ ਗਿਆ ਜੇਬ ਚ 70,000 ਰੁਪਇਆ ਲਾ ਕੇ ਵੀਡੀਓ ਪੂਰੀ ਕਰਕੇ ਦਿੱਤੀ ਹੈ ਜੀ ਬੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮੇਸ਼ ਵਰਮਾ ਤੇ ਮੇਰੇ ਨਾਲ ਹੈ ਮੇਰਾ ਛੋਟਾ ਭਾਈ ਲਾਡੀ ਚਹਿਲ ਤੇ ਅਸੀਂ ਮਿਲਦੇ ਜੀ ਤੁਹਾਨੂੰ 25 ਤਰੀਕ ਨੂੰ ਅਲਾਂਟੇ ਮਾਲਸ 27 ਤਰੀਕ ਨੂੰ ਅਲਾਂਟੇ ਮਾਲਸ 27 ਤਰੀਕ ਨੂੰ ਅਲਾਂਟੇ ਮਾਲ 27 ਆ ਨਾ ਗਲਤੀ ਹੋ ਗਈ 27 ਆ ਨਾ 27 ਤਰੀਕ ਨੂੰ ਅਲਾਂਟੇ ਮਾਲ ਮਿਲਦੇ ਆ ਜੀ ਦਿਲ ਜੀ ਅਗਲਾ ਪ੍ਰਮੋਸ਼ਨ 27 ਤਰੀਕ ਅਲਾਂਟੇ ਮਾਲ ਮੇਰੇ ਨਾਲ ਹੋਊਗਾ ਆਪਣਾ ਗੋਲਡੀ ਵੀਰਾ ਤੇ ਲਾਡੀ ਵੀਰਾ ਤੇ ਹੋਰ ਬਹੁਤ ਬੰਦੇ ਲਵ ਯੂ ਮਿਲਦੇ ਆ ਜੀ ਲਾਉਣੇ ਰੌਣਕਾਂ ਬਹੁਤ ਬੰਦੇ ਜਿਹੜੀ ਫੈਨਸ ਪਿਆਰ ਕਰਨ ਵਾਲੇ ਲਵ ਯੂ 27 ਤਰੀਕ ਅਲਾਂਟੇ